ਸਤਿ ਸ਼੍ਰੀ ਅਕਾਲ ਕੇਡੀ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਰਜੀਤ ਸਿੰਘ। ਦੱਸ ਦਈਏ ਕਿ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਭੱਲਾ ਤੋਂ ਇੱਕ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਪੈਟਰੋਲ ਪੰਪ ਦੇ ਉੱਤੇ ਦੋ ਵਿਅਕਤੀ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਅਤੇ ਕਰਿੰਦੇ ਦੇ ਕੋਲੋਂ ਪਿਸਤੌਲ ਦੀ ਨੋਕ ਦੇ ਉੱਤੇ ਨਕਦੀ ਖੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਨਾਂ ਦੀ ਇਹ ਕੋਸ਼ਿਸ਼ ਹੈ ਜੋ ਨਾਕਾਮਯਾਬ ਹੋ ਜਾਂਦੀ ਹੈ। ਇੱਕ ਲੁਟੇਰੇ ਨੂੰ ਮੌਕੇ 'ਤੇ ਹੀ ਦਬੋਚ ਲਿਆ ਜਾਂਦਾ ਹੈ ਅਤੇ ਇੱਕ ਲੁਟੇਰਾ ਵਿੱਚ ਫਰਾਰ ਹੋ ਜਾਂਦਾ ਹੈ। ਦੱਸ ਦਈਏ ਕਿ ਪੈਟਰੋਲ ਪੰਪ ਮਾਲਕ ਨੇ ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਇੱਕ ਲੁਟੇਰਾ ਜੋ ਫੜਿਆ ਗਿਆ ਉਸ ਨੂੰ ਪੁਲਿਸ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਹੈ। ਤਾਜ਼ਾ ਅਤੇ ਨਵੀਂ ਜਾਣਕਾਰੀ ਦੇ ਲਈ ਦੇਖਦੇ ਰਹੋ ਕੇਡੀ ਨਿਊਜ਼। ਬੰਦੇ ਤੋਂ ਲਿਆਂਦਾ ਗਿਆ, ਤਸਦੀਕ ਕਰ ਰਹੇ ਹਾਂ, ਸੀਨੀਅਰ ਅਫਸਰਾਂ ਦੀ ਬਲਾਂ ਦੀ ਸੀਨੀਅਰਾਂ ਦੇ ਅਫਸਰਾਂ ਦੇ ਧਿਆਨ 'ਚ ਲਿਆਂਦਾ ਗਿਆ, ਜੋ ਵੀ ਕਾਰਵਾਈ ਬੰਦੀ ਕੀਤੀ ਉਹ। ਸਰ ਕਿੰਨੇ ਬੰਦੇ? ਇੱਕ ਬੰਦਾ ਲਿਆਂਦਾ ਗਿਆ। ਅਤੇ ਆਇਆ ਕੁਝ ਸਾਹਮਣੇ? ਤਸਦੀਕ ਕਰਕੇ ਮੈਂ ਸਰਕਾਰ ਪੁੱਛਗਿੱਛ ਕਰਕੇ ਕਾਰਵਾਈ ਕੀਤੀ ਉਹ। ਮੇਰਾ ਨਾਂ ਜੀ ਗੁਰਦਿਆਲ ਸਿੰਘ ਹੈ, ਮੈਂ ਪਿੰਡ ਭੈਲ ਢਾਏਵਾਲਾ ਦਾ ਰਹਿਣ ਵਾਲਾ। ਮੇਰਾ ਪੈਟਰੋਲ ਪੰਪ ਹੈ ਜੀ ਇੱਥੇ ਬਾਲਾ ਜੀ ਕਿਸਾਨ ਸੇਵਾ ਕੇਂਦਰ। ਇਹ ਤਕਰੀਬਨ 7:30 ਵਜੇ ਮੇਰੇ ਕੋਲ ਦੋ ਅਣਪਛਾਤੇ ਵਿਅਕਤੀ ਆਇਆ ਜੀ, ਮੇਰਾ ਨਾਲ ਘਰ ਵਾ ਪੈਟਰੋਲ ਪੰਪ ਦੇ, ਅਤੇ ਮੇਰੇ ਕਰਿੰਦੇ ਜਿਹੜੇ ਸੀ ਇਹ ਪੈਟਰੋਲ ਪਾ ਰਹੇ ਸੀ ਅਤੇ ਮੂੰਹ ਬੰਨ ਕੇ ਮੋਟਰਸਾਈਕਲ ਦੇ ਉੱਪਰ ਆਇਆ, ਨਾਲੇ ਉਹਦੇ ਮੋਟਰਸਾਈਕਲ 'ਚ ਤੇਲ ਪਵਾਇਆ, ਉਹਨਾਂ ਨੇ ਬੋਤਲ ਦੇ ਵਿੱਚ ਪਵਾਇਆ। ਉਹ ਤੋਂ ਬਾਅਦ ਇਹਨਾਂ ਨੇ ਆਪਣਾ ਪਿਸਤੌਲ ਦੀ ਨੋਕ ਦਿੱਤੇ ਮੁੰਡੇ ਦੇ ਕੋਲੋਂ, ਕੈਸ਼ ਲੈ ਕੇ ਗਏ ਆ ਅਤੇ ਉਹ ਭੱਜਣ ਦੇ ਵਿੱਚ ਉਹ ਕਾਮਯਾਬ ਹੋਏ। ਜਿੰਨੇ ਚਿਰ ਨੂੰ ਮੇਰਾ ਇੱਕ ਬ੍ਰਦਰ ਹੈ ਜੀ, ਉਹਨੇ ਆ ਕੇ ਅਤੇ ਪਿਛਲਾ ਜਿਹੜਾ ਵਿਅਕਤੀ ਸੀ ਉਹਨੂੰ ਖਿੱਚ ਲਿਆ ਸੀ, ਇੱਕ ਵਿਅਕਤੀ ਉੱਥੋਂ ਭੱਜ ਗਿਆ ਤਾਂ ਇੱਕ ਵਿਅਕਤੀ ਜਿਹੜਾ ਉਹ ਸਾਡੇ ਕੋਲ ਕਾਬੂ ਦੇ ਵਿੱਚ ਆ ਅਤੇ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ। ਕੀ ਮੰਗ ਕਰਦੇ ਜੀ? ਅਸੀਂ ਪ੍ਰਸ਼ਾਸਨ ਦੇ ਕੋਲ ਮੰਗ ਕਰਦੀ ਹੈ ਕਿ ਇਸ ਜਿਹੜੇ ਬੰਦੇ ਆ ਇਹਨਾਂ ਨੂੰ ਬਖਸ਼ਿਆ ਨਾ ਜਾਵੇ, ਇਹਨਾਂ ਨੂੰ ਸਲਾਕਾਂ ਦੇ ਪਿੱਛੇ ਜਿਹੜਾ ਵਾ ਭੇਜਿਆ ਜਾਵੇ। ਇਹ ਤਾਂ ਖੈਰ ਛਡਾਉਣੀ ਆਪਦੀ ਤੇ ਮੁੜ ਕੇ ਨਾ ਕਿ ਮੈਂ ਨਹੀਂ ਮੈਚ ਛਡਾਉਣਾ। ਖੋਣੇ ਪੈਸੇ ਖੋਲ ਲਿਆ? ਹਾਂ ਖੋਣੇ ਪਏ ਨਹੀਂ, ਪੈਸੇ ਖੋਏ ਆ। ਖੋਏ ਆ? ਹਾਂਜੀ ਉਹਨੇ ਖੋਏ ਆ ਪੰਪ ਤੋਂ। ਹਾਂਜੀ ਪੁੱਛੋ ਕਿੰਨੇ ਖੋਏ, ਪੁੱਛੋ ਕਿੰਨੇ ਖੋਏ ਉਹਦੇ ਕੋਲ ਹੀ ਆ। ਮੈਂ ਤੇ ਮੈਨੂੰ ਤੇ ਅੰਕਲ ਤਾਰ ਗਿਆ ਉਹਨੇ ਜਿੰਨੇ ਖੋਏ ਆ। ਤੇ ਉਹਨੇ ਮੋਟਰਸਾਈਕਲ ਫਿਰ ਕਿਉਂ ਭਜਾ ਕੇ ਲਿਆ? ਭਜਾ ਕੇ ਲੈ ਗਿਆ ਤੈਨੂੰ? ਤਾਰ ਗਿਆ? ਹਾਂਜੀ ਮੈਨੂੰ ਤਾਰ ਗਿਆ ਵੀਰ। ਮੈਨੂੰ ਤਾਰ ਕੇ ਤੇ ਭਜਾ ਕੇ ਲੈ ਗਿਆ। ਕਿਹਨੂੰ ਗਿਆ ਭਜਾ ਕੇ ਮੋਟਰਸਾਈਕਲ? ਜਾਮਾ ਰਾਮ। ਨਹੀਂ ਹੁਣ ਅੱਜ ਹੁਣ ਇਹ ਤੋਂ ਬਾਅਦ ਜਦੋਂ ਪੈਟਰੋਲ ਪਾ ਕੇ ਕਿਹੜੀ ਕਿਹੜੀ ਵਾਰਦਾਤ ਕਰਨੀ ਤੂੰ ਉੱਥੇ? ਹਾਂ ਹੁਣ ਕਿੱਥੇ ਕਿੱਥੇ ਕਰਨੀ? ਸਹੀ ਬੋਲੀ, ਕਿੱਥੇ ਕਿੱਥੇ ਕਰਨੀ? ਹੁਣ ਇਹਨੇ ਨਹੀਂ ਮੰਨਣਾ ਯਾਰ। ਨਹੀਂ ਨਹੀਂ ਰੁਕ ਜਾਂਦੇ, ਇਹ ਬੂਹਿਆਂ ਦਾ ਕਹਿਣ ਡਿਆ ਹੈ ਵੀਰ ਜੀ। ਕਿਹੜੇ ਬੂਹਿਆਂ ਦਾ? ਆ ਜਿਹੜੇ ਦੂਜੇ ਆ ਹਸਪਤਾਲ ਆ। ਕਿਹੜੇ ਹਸਪਤਾਲ ਦੇ? ਆ ਜਿਹੜੇ ਦੂਜੇ ਬਾਥਰੂਮਾਂ ਦੇ ਨਿੱਕੇ ਹਸਪਤਾਲ ਦੇ ਨੀ ਗੇਟ ਜੇ, ਤੁਹਾਡੇ ਪਿੰਡ ਭੈਣਾਂ ਦੇ ਹੋਣੇ ਆ। ਉਹ ਡੰਗਾਲੇ ਹਸਪਤਾਲ ਦੇ? ਡੰਗਾਲੇ ਹਸਪਤਾਲ ਦੇ ਉਹ ਲਾਉਣੇ ਸੀ ਨਾ ਅੱਜ। ਹਾਂਜੀ ਉਹ ਲਾਉਣੇ। ਅੱਛਾ ਆਂਦਾ ਸੀ ਵੀ ਇਥੋਂ ਪੰਪ ਤੋਂ ਕਾਰਵਾਈ ਕਰਕੇ ਤੇ ਉਹ ਲਾਉਣੇ ਆ। ਆਪਣੇ ਦੇਗ ਚੋਰੀ ਹੋਈ ਜਠੇਰਿਆਂ 'ਚ? ਹਾਂਜੀ ਉਹ ਦੇਗ ਜਿਹੜੀ ਜਠੇਰਿਆਂ 'ਚ ਚੋਰੀ ਹੋਈ ਆ ਉਹ ਕਿੱਥੇ ਵੇਚੀ ਜਾ? ਉਹ ਨੀ ਮੈਂ ਅੰਕਲ ਵੇਚੀ ਜਾਵੇ ਵੀਰ ਜੀ, ਕਹੀ ਜਾਵਾਂ ਤੁਹਾਨੂੰ, ਮਾਤਾ ਆਪਦੇ ਮਾਂ ਪਿਓ ਦੀ ਸਹੁੰ ਖਾ ਕੇ ਕਹਿਣਾ ਵਾ। ਉਹ ਸਹੁੰ ਤੇ ਤੂੰ ਖਾਣੀ ਆ, ਉਹ ਦੇਗ ਤੁਹਾਡੇ ਚੋਂ ਨਿਕਲਦੀ ਆ। ਕਿੱਥੇ ਗਈ ਦੇਗ? ਜੇ ਤੇ ਦੱਸ ਦੇਗਾ ਤੇਰੇ ਹੁਣੇ ਬਾਵਾਂ ਖੋਲ ਦਾਂਗੇ, ਜੇ ਦੱਸ ਦੇਗਾ ਵੀ ਦੇਗ ਕਿੱਥੇ ਗਈ ਆ। ਮੋਟਰਸਾਈਕਲ ਭਜਾਇਆ ਇਹਨੇ ਇੱਕ ਤੇ ਵੇਚਿਆ, ਤੈਨੂੰ ਮੈਂ ਦੱਸ ਦੂੰਗਾ ਜਿੱਥੇ ਜਿੱਥੇ ਵੇਚਿਆ ਵਾ। ਇੱਕ ਦਿਨ ਇੰਜਨ ਵੇਚਿਆ ਉੱਥੇ ਟੋਟੀਆਂ ਵਾਲੇ ਵੇਚਣ ਡਿਆ ਸੀ, ਤੇ ਉਹ ਆਰਸੀ ਮੰਗਦੇ ਸੀ ਤੇ ਜਾਂ ਆਧਾਰ ਕਾਰਡ ਦਾ ਪ੍ਰੂਫ, ਆਧਾਰ ਕਾਰਡ ਤੇ ਇਹਨੇ ਖੜਿਆ ਨੀ ਸੀ ਤੇ ਆਪਦੇ ਡੈਡੀ ਵਾਲੀ ਕਾਪੀ ਫੜਾਈ ਆਉਣ ਡਿਆ ਸੀ। ਤੇ ਬਾਅਦ ਉਹਨਾਂ ਨੇ ਇੰਜਨ ਤੇ ਲਿਆਣੀ ਤੇ ਦੂਜਾ ਕਹਿੰਦੇ ਸੀ ਆਪਦੇ ਪਿੰਡ ਦਿਆਂ ਨਾਲ ਗੱਲ ਕਰਾ ਦੋ, ਉਹ ਜਿਹੜਾ ਸ਼ਾਹ ਨੀ ਆ ਉਹਨਾਂ ਨਾਲ। ਤੇ ਉਹਨੇ ਲਿਆਣੀ ਤੇ ਬਾਅਦ ਜਹਾਨੂੰ ਦੋਨੇ ਕਹਿੰਦਾ ਜਿਹੜੇ ਨਜ਼ਰ ਵੱਟੂ ਆਏ ਨਾ, ਤੇ ਕਹਿੰਦਾ ਇਹਨਾਂ ਦਾ ਕਰਕੇ ਨੀ, ਕਹਿੰਦਾ ਇਹਨਾਂ ਨੇ ਦੋ ਨੀ ਚੱਲਣੀਆਂ, ਦੱਸ ਦੇਣਾ ਸਾਰਾ ਕੱਖ ਹੀ, ਤੇ ਤਾਂ ਕਰਕੇ ਉਹ ਬਾਅਦ ਉਹਨੇ ਲਿਆਣੀ ਤੇ ਬਾਅਦ ਇਕੱਲਾ ਵੇਚ ਗਿਆ ਸਾਨੂੰ ਦੋਨੂੰ ਤਾਰ ਕੇ।